ਸੱਤ ਅੱਠ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਕਿਸਾਨ ਅੰਦੋਲਨ ਚੱਲ ਰਿਹਾ। ਕਿਸਾਨ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਲਿਆ ਗਿਆ। ਹਰਿਆਣੇ ਦੇ ਬਾਰਡਰ 'ਤੇ, ਸਿੰਘੂ ਬਾਰਡਰ 'ਤੇ, ਖਨੌਰੀ ਬਾਰਡਰ 'ਤੇ, ਡੱਬ ਵਾਲੀ ਬਾਰਡਰ 'ਤੇ ਚਾਰ ਵਾਰ ਮੀਟਿੰਗਾਂ ਵੀ ਹੋਈਆਂ। 13 ਤਰੀਕ ਦੀ ਕਾਲ ਸੀ, 8 ਤਰੀਕ ਨੂੰ ਮੀਟਿੰਗ ਹੋਈ, 10 ਤਰੀਕ ਨੂੰ ਮੀਟਿੰਗ ਹੋਈ, 2 ਹੋਰ ਮੀਟਿੰਗਾਂ ਹੋਈਆਂ, ਜਿਨ੍ਹਾਂ 4 ਚੋਂ ਮੈਂ 3 ਨੂੰ ਆਪ ਅਟੈਂਡ ਕੀਤਾ ਰਾਤ ਦੇ 1:30 ਵਜੇ। ਅਤੇ ਮੈਂ ਪੰਜਾਬ ਦੇ ਲੋਕਾਂ ਵੱਲੋਂ ਵਕੀਲ ਬਣ ਕੇ ਕਿ ਜੀ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ, ਇਹਨਾਂ ਨੂੰ ਪੂਰੀਆਂ ਕਰੋ ਤਾਂ ਕਿ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਖੇਤਾਂ ਵੱਲ ਹੋ ਜਾਣ। ਪਰ ਮੇਰਾ ਸਿਰਫ ਫਰਜ਼ ਇਹ ਹੈ ਕਿ ਮੈਂ ਕੇਂਦਰ ਸਰਕਾਰ ਅਤੇ ਸੰਗਠਨਾਂ ਦੇ ਵਿਚਾਲੇ, ਕਿਸਾਨਾਂ ਦੇ ਵਿਚਾਲੇ ਮੈਂ ਇੱਕ ਪੁਲ ਦਾ ਕੰਮ ਕਰਾਂ, ਸਾਰਥਕ ਮਾਹੌਲ 'ਚ ਗੱਲ ਹੋਵੇ। ਮੰਗਾਂ ਮੰਨਣਾ ਕੇਂਦਰ ਦਾ ਕੰਮ ਹੈ, ਕਿਉਂਕਿ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ। ਕੇਂਦਰ ਦੁਆਰਾ ਦਿੱਤੇ ਗਏ ਪ੍ਰਸਤਾਵਾਂ ਨੂੰ ਮੰਨਣਾ ਜਾਂ ਨਾ ਮੰਨਣਾ ਸੰਗਠਨਾਂ ਦਾ, ਕਿਸਾਨ ਸੰਗਠਨਾਂ ਦਾ ਜਿਹੜਾ ਅਧਿਕਾਰ ਹੈ ਕਿ ਉਹ ਉਸ ਗੱਲ 'ਤੇ ਰਾਜ਼ੀ ਨੇ ਜਾਂ ਨਹੀਂ। ਕੋਸ਼ਿਸ਼ ਮੈਂ ਕੀਤੀ ਔਰ ਹਰ ਵਾਰ ਮੈਂ ਆ ਕੇ ਇਹੀ ਕਹਿੰਦਾ ਰਿਹਾ ਜਦੋਂ ਮੀਡੀਆ ਨੂੰ ਮੈਂ ਸੰਬੋਧਨ ਹੁੰਦਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਨੌਜਵਾਨਾਂ ਨੂੰ, ਮੈਂ ਆਪਣੇ ਕਿਸਾਨਾਂ ਨੂੰ, ਅੰਨਦਾਤੇ ਨੂੰ ਕਿਸੇ ਵਾਟਰ ਕੈਨਨ ਦੇ ਅੱਗੇ ਜਾਂ ਰਬੜ ਦੀਆਂ ਗੋਲੀਆਂ ਦੇ ਅੱਗੇ ਜਾਂ ਅਥਰੂ ਗੈਸ ਦੇ ਗੋਲਿਆਂ ਦੇ ਅੱਗੇ ਖੜ੍ਹਾ ਕਰਾਂ। ਗੱਲ ਪਹਿਲੀ ਨਿਬੜ ਜੇ ਤਾਂ ਚੰਗਾ, ਪਰ ਨਹੀਂ ਨਿਬੜ ਸਕੀ। ਅਤੇ ਅੱਜ ਖਨੌਰੀ ਬਾਰਡਰ 'ਤੇ ਘਟਨਾ ਹੋਈ, 21 ਸਾਲ ਦਾ ਸ਼ੁਭ ਕਰਨ ਉਹਦੀ ਮੌਤ ਹੋ ਗਈ। ਮੈਂ ਜਦੋਂ ਮੈਨੂੰ ਪਤਾ ਲੱਗਿਆ, ਮੈਂ ਵੀਡੀਓ ਦੇਖੀ ਤਾਂ ਮੇਰੇ ਰੌਂਗਟੇ ਖੜ੍ਹੇ ਹੋ ਗਏ। ਮੈਨੂੰ ਬਹੁਤ ਦੁੱਖ ਹੋਇਆ ਦਿਲੋਂ, 21 ਸਾਲ ਦੀ ਉਮਰ 'ਚ ਸ਼ੁਭ ਕਰਨ 2 ਕਿੱਲਿਆਂ ਦਾ ਮਾਲਕ ਹੈ। ਮਾਤਾ ਦੀ ਪਹਿਲੀ ਡੈਥ ਹੋ ਗਈ ਸੀ, ਦਾਦੀ ਨੇ ਪਾਲਿਆ, 2 ਭੈਣਾਂ ਦਾ ਇਕੱਲਾ ਭਾਈ, ਬੱਲੋ ਪਿੰਡ। ਉਹਨੂੰ ਉੱਥੇ ਜਾਣ ਦੀ ਲੋੜ ਕੀ ਪੈ ਗਈ? ਜਾਂ ਜੇ ਜਾਂਦਾ ਸੀ ਤਾਂ ਉਹ ਦਿੱਲੀ ਚੱਲਿਆ ਸੀਗਾ, ਉਹਨੂੰ ਖਨੌਰੀ ਜਾਂ ਸਿੰਘ ਸ਼ੰਭੂ ਕਿਉਂ ਰੁਕਣਾ ਪੈ ਗਿਆ? ਉਹ ਦਿੱਲੀ ਜਾਣਾ ਚਾਹੁੰਦੇ ਨੇ। ਦੇਖੋ, ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ, ਅਤੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦੇ ਰਹੇ ਹਾਂ। ਕੀ ਅਸੀਂ ਆਪਣੀ ਰਾਜਧਾਨੀ 'ਚ ਨਹੀਂ ਜਾ ਸਕਦੇ ਆਪਣੀਆਂ ਮੰਗਾਂ ਵਾਸਤੇ? ਹਰਿਆਣੇ ਨੇ ਕਿਉਂ ਰੋਕ ਲਿਆ? ਹਰਿਆਣੇ ਨਾਲ ਤਾਂ ਕੋਈ ਝਗੜਾ ਹੀ ਨਹੀਂ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹਰਿਆਣੇ ਨਾਲ ਤਾਂ ਕੋਈ ਸਾਡਾ ਝਗੜਾ ਹੀ ਨਹੀਂ। ਉਹ ਅੰਮ੍ਰਿਤਸਰੋਂ ਚੱਲੇ, ਕੋਈ ਤਰਨ ਤਾਰਨੋਂ ਚੱਲਿਆ, ਕੋਈ ਫਰੀਦਕੋਟ ਤੋਂ ਚੱਲਿਆ, ਕੋਈ ਫਤਿਹਗੜ੍ਹ ਸਾਹਿਬ ਤੋਂ ਚੱਲਿਆ, ਕੋਈ ਰਾਜਪੁਰੋਂ ਚੱਲਿਆ, ਕੋਈ ਗੁਰਦਾਸਪੁਰ ਤੋਂ ਹੈ। ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂ ਬਾਰਡਰ ਤੱਕ ਪਹੁੰਚ ਗਏ, ਜੇ ਹਰਿਆਣਾ ਸਰਕਾਰ ਨਾ ਰੋਕਦੀ, ਅਸੀਂ ਇਹ ਗੱਲ ਅੱਜ ਹਾਈਕੋਰਟ ਦੇ ਵਿੱਚ ਦੱਸੀ ਹੈ ਕਿ ਜੇ ਹਰਿਆਣਾ ਸਰਕਾਰ ਨਾ ਰੋਕਦੀ ਤਾਂ ਉਹ ਅੱਗੇ ਚਲੇ ਜਾਂਦੇ। ਹਰਿਆਣੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ, ਅੱਗੇ ਕੇਂਦਰ ਸਰਕਾਰ ਦਾ, ਕਿਉਂਕਿ ਕੇਂਦਰ ਜੋ ਸਾਰੀਆਂ ਸ਼ਕਤੀਆਂ ਨੇ ਉਹ ਤਾਂ ਕੇਂਦਰ ਸਰਕਾਰ ਕੋਲ ਨੇ ਦਿੱਲੀ ਦੀਆਂ। ਉਹ ਅੱਗੇ ਕੋਈ ਸਟੇਡੀਅਮ ਜਾਂ ਕੋਈ ਰਾਮਲੀਲਾ ਗਰਾਊਂਡ ਉਹਨਾਂ ਨੂੰ ਦੇ ਦਿੰਦੇ, ਉਹ ਉੱਥੇ ਬਹਿ ਕੇ ਪ੍ਰਦਰਸ਼ਨ ਕਰਦੇ, ਸ਼ਾਂਤੀਪੂਰਵਕ ਪ੍ਰਦਰਸ਼ਨ ਉਹਨਾਂ ਦਾ,
ਉਹਨਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਹੁੰਦਾ। 22 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਕੁਛ ਨਹੀਂ ਹੋਇਆ। ਲਾਸਟ ਮੀਟਿੰਗ 22 ਜਨਵਰੀ 2021 ਨੂੰ ਹੋਈ ਹੈ ਕਿਸਾਨਾਂ ਨਾਲ। 3 ਸਾਲ ਕੀ ਕਰਦੀ ਰਹੀ ਮੋਦੀ ਗੌਰਮੈਂਟ? ਸਿਰਫ ਇਹਦੇ MLA ਤੋੜ ਲਓ, ਇਹਦੀ ਸਰਕਾਰ ਤੋੜ ਲਓ, ਆਹ ਕਰ ਲਓ। ਤੁਸੀਂ ਲੋਕਾਂ ਦੀਆਂ ਮੰਗਾਂ ਵੱਲ ਤਾਂ ਧਿਆਨ ਦਿਓ। ਜੇ ਕਿਤੇ ਇਹਨਾਂ ਨੇ 3 ਸਾਲਾਂ ਦੇ ਵਿੱਚ ਕੋਈ ਗੱਲਬਾਤ ਕੀਤੀ ਹੁੰਦੀ, ਸ਼ਾਇਦ ਇਹ ਮਸਲਾ ਅੱਜ ਪੈਦਾ ਹੀ ਨਾ ਹੁੰਦਾ। ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲਾਂ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ। ਪਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ, ਉਹ ਪੰਜਾਬ ਦੇ ਜੁਰੀਡਿਕਸ਼ਨ 'ਚ ਆਉਂਦੀਆਂ ਨੇ। ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ, ਹਰਿਆਣੇ ਵਾਲਿਆਂ ਨੇ ਤਾਂ ਤਾਰਾਂ ਲਾ ਰੱਖੀਆਂ ਨੇ। ਸੋ ਮੇਰਾ ਇੱਕ ਸਵਾਲ ਵੀ ਹੈ, ਮੈਂ ਅੱਜ DGP ਨੂੰ ਵੀ ਕਿਹਾ, ਅੱਜ ਹਾਈਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇਕੱਠੇ ਨਹੀਂ ਕਰ ਰਹੇ ਉੱਥੇ, ਤੁਸੀਂ ਇਕੱਠੇ ਕਰਨ ਦਾ ਮੌਕਾ ਦੇਤਾ, ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ। ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ, ਐਂਬੂਲੈਂਸ ਸਾਰੀਆਂ ਅਤੇ SSF ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ 'ਤੇ ਕਿਸਾਨ ਨੇ ਉੱਥੇ ਲਾਤੀਆਂ। ਅਤੇ ਸਾਡੇ ਕੋਲ 2 ਮੰਤਰੀ ਅਤੇ 1 MLA ਅੱਖਾਂ ਦੇ ਡਾਕਟਰ ਨੇ, ਸਪੈਸ਼ਲਿਸਟ ਨੇ। ਰਾਜਪੁਰੇ ਦੇ ਹਸਪਤਾਲ 'ਚ ਮੈਂ ਇੰਚਾਰਜ ਦੇ ਤੌਰ 'ਤੇ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਨੇ, ਅੱਖਾਂ ਦੇ ਡਾਕਟਰ ਨੇ, ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇੱਥੇ ਇੰਚਾਰਜ ਰਹਿਣਾ। ਡਾਕਟਰ ਬਲਵੀਰ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ, ਉਹ ਪਟਿਆਲੇ 'ਚ ਰਹਿਣਗੇ। ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪ੍ਰਮੰਨੇ ਡਾਕਟਰ ਨੇ, ਉਹਨਾਂ ਦੀ ਡਿਊਟੀ ਮੈਂ ਪਾਤੜਾਂ ਅਤੇ ਖਨੌਰੀ ਲਾਈ ਹੈ। ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਟੀਅਰ ਗੈਸ ਕਰਕੇ, ਅਥਰੂ ਗੈਸ ਦੇ ਗੋਲਿਆਂ ਕਰਕੇ ਅੱਖਾਂ ਦੇ ਆ ਰਹੇ ਨੇ। ਉਹ ਕਿਉਂਕਿ ਮੰਤਰੀ ਨੇ, MLA ਨੇ, ਉਹ ਡਿਸੀਜਨ ਲੈ ਸਕਦੇ ਨੇ, DC ਨੂੰ ਆਰਡਰ ਕਰ ਸਕਦੇ ਨੇ, SDM ਨੂੰ ਆਰਡਰ ਕਰ ਸਕਦੇ ਨੇ, CMO ਨੂੰ, SMO ਨੂੰ ਆਰਡਰ ਕਰ ਸਕਦੇ ਆ। ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਅਲਟੀ ਨਾ ਹੋਵੇ, ਕੋਈ ਨੁਕਸਾਨ ਨਾ ਹੋਵੇ, ਕਿ ਉਹ ਟਾਈਮ 'ਤੇ ਸੰਭਾਲਿਆ ਨਹੀਂ ਗਿਆ। ਪਰ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਦੇ ਵੱਲੋਂ ਪਹਿਲ ਨਾ ਕਰੋ, ਤੁਸੀਂ ਕਿਉਂ ਛੇੜਦੇ ਹੋ? ਉਹ ਜਦੋਂ ਕੁਛ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨ ਨੇ, ਜੋਸ਼ ਹੈ, ਜੋਸ਼ ਦੇ ਵਿੱਚ ਆ ਕੇ ਉਹ ਵੀ ਕੁਛ ਕਰ ਦਿੰਦੇ ਨੇ। ਸੋ ਅੱਜ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ। ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲਿਆ ਨਹੀਂ ਸਕਦਾ, ਪਰ ਇੰਨਾ ਕੁ ਮੈਂ ਅਸ਼ੋਰ ਕਰ ਸਕਦਾ, ਇੰਨਾ ਕੁ ਮੈਂ ਗਰੰਟੀ ਦਿੰਦਾ ਕਿ ਇਸ ਪਰਿਵਾਰ ਦੇ ਨਾਲ ਖੜੂੰਗਾ, ਆਰਥਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਕਿਉਂਕਿ 2 ਭੈਣਾਂ ਨੇ ਅਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ, ਅਤੇ ਨਾਲ ਭੈਣਾਂ ਨੂੰ ਪੜ੍ਹਾਉਣਾ, ਵੱਡੀਆਂ ਨੇ, ਛੋਟੀਆਂ ਨੇ, ਮੈਨੂੰ ਹਜੇ ਪਤਾ ਨਹੀਂ ਇਸ ਬਾਰੇ ਲੱਗਿਆ। ਬਾਕੀ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਦਾ ਕਿ ਪਰਚਾ ਵੀ ਹੋਊਗਾ, ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ, ਅਤੇ ਜਿਹੜੇ ਅਧਿਕਾਰੀ ਜਾਂ ਜਿਹੜੇ ਜ਼ਿੰਮੇਦਾਰ ਨੇ ਸ਼ੁਭਕਰਨ ਦੀ ਮੌਤ ਦੇ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ। ਕਿਉਂਕਿ
ਦੋ ਕਿੱਲਿਆਂ ਦਾ ਮਾਲਕ ਸ਼ੁਭ ਕਰਨ ਕੋਈ ਫੋਟੋਆਂ ਖਿਚਾਉਣ ਨਹੀਂ ਆਇਆ ਸੀ, ਕੋਈ ਵੀਡੀਓ ਬਣਾਉਣ ਨਹੀਂ ਆਇਆ ਸੀ, ਉਹ ਆਪਣੇ ਦੋ ਕਿੱਲਿਆਂ ਨੂੰ ਬਚਾਉਣ ਆਇਆ ਸੀ, ਜਾਂ ਦੋ ਕਿੱਲਿਆਂ ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣ ਆਇਆ ਸੀ। ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ। ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ, ਰਾਸ਼ਟਰਪਤੀ ਰਾਜ ਲਾ ਦਿਆਂਗੇ, ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ, ਰਾਸ਼ਟਰਪਤੀ ਰਾਜ ਲਾ ਦਿਆਂਗੇ। ਇੱਕ ਵਾਰੀ ਨਹੀਂ ਜੀ, 100 ਵਾਰੀ ਰਾਸ਼ਟਰਪਤੀ ਰਾਜ ਲਾ ਦਿਓ, ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ, ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ, ਪਰ ਮੈਂ ਇੱਕ ਵੀ ਸ਼ੁਭ ਕਰਨ ਮਰਨ ਨਹੀਂ ਦੇਣਾ। ਸ਼ੁਭ ਕਰਨ ਦੀ ਮੌਤ 'ਤੇ ਮੈਨੂੰ ਅਫਸੋਸ ਹੈ, ਸਾਡੇ ਸ਼ੁਭ ਕਰਨਾਂ 'ਤੇ ਗੋਲੀਆਂ ਨਾ ਚਲਾਓ, ਸਾਡੀਆਂ ਕੁਰਸੀਆਂ ਕੋਈ ਮਾਇਨੇ ਨਹੀਂ ਰੱਖਦੀਆਂ, ਤੁਸੀਂ ਧਮਕੀਆਂ ਦੇ ਰਹੇ ਹੋ। ਮਨੀਪੁਰ ਬਾਰੇ ਸੋਚੋ, ਹਰਿਆਣਾ ਜਿਹੜੀ ਸਰਕਾਰ ਹੈ ਉਹ ਨੂੰਹ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਸੋਚੇ। ਸੋ ਇਸ ਕਰਕੇ ਸਾਨੂੰ ਇਸ ਤਰ੍ਹਾਂ ਡਰਾਉਣ ਦੀ ਕੋਸ਼ਿਸ਼ ਨਾ ਕਰੋ। ਇੱਕ ਵਾਰੀ ਲਾਉਂਦੇ ਰਾਸ਼ਟਰਪਤੀ ਰਾਜ, 100 ਵਾਰੀ ਲਾਓ, ਪਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜੂੰਗਾ। ਔਰ ਇੱਕ ਵਾਰੀ ਫਿਰ ਮੈਂ ਸ਼ਾਂਤੀ ਦੀ ਅਪੀਲ ਵੀ ਕਰਦਾ, ਆਪਣੇ ਵਾਲੇ ਪਾਸਿਓਂ ਸ਼ਾਂਤੀ ਰੱਖਿਓ, ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਨੇ ਇਹ ਪ੍ਰੇਰਨਾ ਦਿੱਤੀ ਹੋਈ ਹੈ ਕਿ ਜਬਰ ਦਾ ਮੁਕਾਬਲਾ ਸਬਰ ਨਾ ਕਰਨਾ। ਔਰ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਸਰਕੂਗੀ, ਕੁਝ ਥੋੜ੍ਹਾ ਬਹੁਤ ਰਹਿਮ ਜਿਹੜਾ ਉਹ ਤਾਨਾਸ਼ਾਹਾਂ ਦੇ ਦਿਲ 'ਚ ਆਵੇ ਕਿ ਦੇਸ਼ ਦਾ ਕਿਸਾਨ, ਦੇਸ਼ ਦਾ ਅੰਨਦਾਤਾ ਜਿਹੜਾ ਪੂਰੇ ਦੇਸ਼ ਦੇ ਵਿੱਚ ਅੰਦੋਲਿਤ ਕਿਉਂ ਹੈ, ਉਹਦੇ ਬਾਰੇ ਕੋਈ ਫੈਸਲਾ ਲੈਣ, ਤਾਂ ਕਿ ਸਟੇਟਾਂ ਨੂੰ ਜਾਂ ਕਿਸੇ ਖੇਤਰ ਨੂੰ ਕੋਈ ਇਸ ਤਰ੍ਹਾਂ ਦੀ ਲੋਅ ਐਂਡ ਆਰਡਰ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਲੋਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ। ਲੋਅ ਐਂਡ ਆਰਡਰ ਨੂੰ ਖਰਾਬ ਕਰਨ 'ਚ ਹਰਿਆਣਾ ਪੁਲਿਸ ਜ਼ਿਆਦਾ ਜ਼ਿੰਮੇਦਾਰ ਹੈ। ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਰਹੇ, ਨਾ ਹੀ ਉਹ ਸਾਨੂੰ ਕੁਛ ਕਹਿ ਰਹੇ ਹਾਂ। ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਉੱਥੇ, ਪੋਰਟੇਬਲ ਬਾਥਰੂਮ, ਪਾਣੀ, ਜੋ ਮਨੁੱਖੀ ਜੋ ਉਹਨਾਂ ਦੇ ਅਧਿਕਾਰ ਨੇ, ਫੰਡਾਮੈਂਟਲ ਰਾਈਟਸ ਨੇ, ਅਸੀਂ ਉਹ ਪ੍ਰੋਵਾਈਡ ਕਰਾਵਾਂਗੇ। ਬਾਕੀ ਤੁਹਾਡੀਆਂ ਧਮਕੀਆਂ ਧਮਕੀਆਂ ਤੁਸੀਂ ਡਰਦੇ ਨਹੀਂ। ਹਾਂ, ਸ਼ੁਭ ਕਰਨ ਦੀ ਮੌਤ ਦਾ ਬਹੁਤ ਅਫਸੋਸ ਹੈ, ਬਹੁਤ ਅਫਸੋਸ ਹੈ। ਔਰ ਮੈਂ ਫਿਰ ਕਹਿੰਦਾ ਸੈਂਟਰ ਸਰਕਾਰ ਨੂੰ ਕਿ ਗੱਲਾਂ ਕਰਕੇ ਜਿਹੜੀਆਂ ਮੰਗਾਂ ਨੇ ਸਾਰੀਆਂ ਜੁਨੀਅਨ ਨੂੰ ਬੁਲਾ ਕੇ, ਆਰਥਿਕ ਆਪਣੇ ਮਾਹਰ ਬੁਲਾ ਕੇ ਖੇਤੀ ਦੇ ਮੰਗਾਂ 'ਤੇ ਗੌਰ ਕਰੋ, ਨਾ ਕਿ ਆਪਣੀ ਹੀ ਜਿਹੜੀ ਚੌਧਰ 'ਚ ਜਾਂ ਆਪਣੀ ਆਕੜ 'ਚ ਰਹੋ ਕਿ ਸਾਨੂੰ ਕੀ ਫਰਕ, ਕੋਈ ਫਰਕ ਨਹੀਂ ਪੈਂਦਾ, ਇਨਕਾ ਕਿਆ ਹੈ, ਜੇ ਤੋ ਗੋਲੀਆਂ ਖਾ ਕੇ ਚਲੇ ਜਾਏਂਗੇ, ਜ਼ਖਮ ਜਿਹੜੇ ਨੇ ਉਹ ਛੇਤੀ ਭਰਦੇ ਨਹੀਂ। ਸੋ ਇਸ ਕਰਕੇ ਮੇਰਾ ਅੱਜ ਇੱਥੇ ਆਉਣ ਦਾ ਮਕਸਦ, ਤੁਹਾਡੇ ਸਾਹਮਣੇ ਸਾਰਿਆਂ ਨੂੰ ਬੋਲਣ ਦਾ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ, ਪੰਜਾਬੀਆਂ ਦਾ, 3.5 ਕਰੋੜ ਪੰਜਾਬੀਆਂ ਦਾ ਮੁਖੀਆ ਹੋਣ ਦੇ ਨਾਤੇ ਮੈਂ ਬਾਕੀ ਵੀ ਸਾਰੇ ਪੰਜਾਬੀਆਂ ਦਾ ਧਿਆਨ ਰੱਖਣਾ ਹੈ। ਸਪਲਾਈ ਰੁਕ ਗਈ, ਤੇਲ ਡੀਜ਼ਲ ਪੈਟਰੋਲ ਦੀ ਕਮੀ ਨਾ ਹੋ ਜੇ, ਹੋਰ ਜਿਹੜਾ ਵਪਾਰ ਹੁੰਦਾ ਦੇਸ਼ ਨਾਲ, ਜਿਹੜਾ ਜੰਮੂ ਹਿਮਾਚਲ ਵੀ ਰੁਕ ਗਿਆ, ਸੋ ਆਰਥਿਕ ਨੁਕਸਾਨ ਨਾ ਹੋਵੇ। ਮੈਂ ਇਸੇ ਕਰਕੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਉਹਦੇ 'ਚ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਨਿਬੇੜੋ, ਕਿਉਂਕਿ ਇਹ ਮੰਗਾਂ ਇਹਨਾਂ ਦੀਆਂ ਜਾਇਜ਼ ਨੇ। ਤੁਸੀਂ ਇਹਨਾਂ ਨਾਲ ਗੱਲ ਕਰੋ, 3 ਸਾਲ ਪਹਿਲਾਂ ਤੁਸੀਂ ਇਹਨਾਂ ਨਾਲ ਗੱਲ ਕਰਦੇ ਸੀ, ਉਸ ਵੇਲੇ ਤਾਂ TV 'ਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਤਾ ਸੀ ਕਿ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਅਤੇ ਮੈਂ
ਇਹ ਕਾਨੂੰਨ ਪਾਸ ਨਹੀਂ ਕਰਵਾ ਸਕਿਆ ਜਾਂ ਲੋਕਾਂ ਦੇ ਦਿਲਾਂ 'ਚੋਂ ਪਾਸ ਨਹੀਂ ਹੋ ਸਕੇ। ਪ੍ਰਧਾਨ ਮੰਤਰੀ ਜੀ, ਸ਼ਾਇਦ ਹੁਣ 3 ਸਾਲਾਂ 'ਚ ਤੁਹਾਡੀ ਤਪੱਸਿਆ ਪੂਰੀ ਹੋ ਗਈ ਹੋਣੀ। ਕਿਰਪਾ ਕਰਕੇ ਆਪਣੀ ਤਪੱਸਿਆ ਪੂਰੀ ਹੋਣ 'ਤੇ ਕੋਈ ਖੁਸ਼ਖਬਰੀ ਕਿਸਾਨਾਂ ਨੂੰ ਦਿਓ। ਸਤਿ ਸ਼੍ਰੀ ਅਕਾਲ ਜੀ।